ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਗਤਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਵਾਂ। ਅੱਜ ਦੀ ਗੱਲ ਦੇ ਨਾਲ ਮੈਂ ਅੱਜ ਸਾਰੇ ਸਾਲ ਦੇ ਉੱਤੇ 2023 ਦੇ ਉਹ ਤਮਾਮ ਸਾਨਿਆਂ ਨੂੰ ਯਾਦ ਕਰਨਾ ਵਾਂ। ਸਾਨਿਆਂ ਯਾਦ ਕਰਕੇ ਤੇ ਦਿਲ ਪਾੜਦਾ ਕਿ ਮੈਂ 2023 ਦੇ ਵਿੱਚ ਕੀ ਖੋਇਆ ਤੇ ਕੀ ਪਾਇਆ। ਇਹ ਸਭ ਕੁਝ ਤੁਸੀਂ ਨਹੀਂ ਜਾਣਦੇ ਹੋ ਕਿ ਮਸੀਹੀ ਕੌਮ ਨੇ 2023 ਦੇ ਵਿੱਚ ਕੀ ਖੋਇਆ ਤੇ ਕੀ ਪਾਇਆ। ਮੈਂ ਜਦੋਂ ਗੱਲ ਕਰਨ ਲੱਗਾ ਵਾਂ ਤੇ ਮੈਂ ਅੰਦਰੋਂ ਬੜਾ ਸੜਿਆ ਹੋਇਆ ਵਾਂ, ਬੜਾ ਦਿਲ ਦੁਖਦਾ ਪਿਆ ਏ। ਮੈਂ ਇਹ ਗੱਲ ਦੱਸਣਾ ਚਾਹ ਰਿਹਾ ਤੁਹਾਨੂੰ ਕਿ 2023 ਦੇ ਵਿੱਚ ਅਸਾਂ ਬਹੁਤ ਜ਼ਿਆਦਾ ਐਸੇ ਜਬਰੀ ਮਜ਼ਹਬ ਤਬਦੀਲੀ ਲਈ ਆਪਣੇ ਬੱਚਿਆਂ ਨੂੰ, ਆਪਣੇ ਬਹੁਤ ਸਾਰੀਆਂ ਭੈਣਾਂ ਭਾਈਆਂ ਨੂੰ ਔਰ ਕਮ ਸਨ ਬੱਚਿਆਂ ਯਾਨੀ ਕਮ ਉਮਰੀ ਦੀਆਂ ਸ਼ਾਦੀਆਂ ਨੂੰ ਹੁੰਦਿਆਂ ਮੈਂ ਵੇਖਿਆ। ਔਰ ਇਹਦੇ ਨਾਲ ਨਾਲ ਸਾਡੀਆਂ ਬਹੁਤ ਸਾਰੀਆਂ ਆਬਾਦੀਆਂ ਨੂੰ ਵੀ ਜਲਾਇਆ ਗਿਆ। 2023 ਦੇ ਵਿੱਚ ਐਸੇ ਵਾਕਿਆਤ, ਐਸੇ ਸਾਨਿਹਾ ਹੋਏ ਜਿਨ੍ਹਾਂ ਨੂੰ ਬਿਆਨ ਕਰਨ ਲੱਗਿਆ ਇੱਕ ਦਫਾ ਰੂਹ ਕੰਬ ਜਾਂਦੀ ਹੈ। ਮੈਂ ਉਮੀਦ ਤਾਂ ਨਹੀਂ ਕਰਦਾ ਪਿਆ, ਲੇਕਿਨ ਇਮਾਨ ਇਹ ਜ਼ਰੂਰ ਰੱਖਦਾ ਵਾਂ ਕਿ 2024 ਸ਼ਾਇਦ ਮਸੀਹੀ ਕੌਮ ਵਾਸਤੇ ਕੋਈ ਅਮਨ ਤੇ ਸ਼ਾਂਤੀ ਦਾ ਸਾਲ ਬਣ ਜਾਵੇ। ਲੇਕਿਨ 2023 ਦੇ ਵਿੱਚ ਮੇਰੇ ਬਹੁਤ ਸਾਰੇ ਭੈਣ ਭਾਈਆਂ ਨੇ ਬਹੁਤ ਕੁਛ ਖੋਇਆ। ਪਾਇਆ ਅਸਾਂ ਕੁਝ ਵੀ ਨਹੀਂ, ਪਾਕਿਸਤਾਨ 'ਚ ਪਾਇਆ ਕੁਝ ਵੀ ਨਹੀਂ। ਜੇ 2023 ਦੀ ਤੇ ਮੈਂ ਇੱਕ ਗੱਲ ਕਰ ਰਿਹਾ, ਲੇਕਿਨ ਅਗਰ ਕਿਵੇਂ ਪਾਕਿਸਤਾਨ ਤੋਂ ਲੈ ਕੇ 2023 ਤੱਕ ਵੀ ਆ ਜਾਵਾਂ ਤੇ ਅਸਾਂ ਖੋਇਆ ਹੀ ਖੋਇਆ, ਪਾਇਆ ਕੁਝ ਵੀ ਨਹੀਂ, ਪਾਇਆ ਅਸਾਂ ਕੁਝ ਵੀ ਨਹੀਂ ਸਿਵਾਏ ਜ਼ਲਾਲਤ, ਬੇਇੱਜ਼ਤੀ, ਤਾਨਾਜ਼ਰੀ ਔਰ ਹਰ ਕਿਸਮ ਦੇ ਤਾਨੇ ਜਿਹੜੇ ਸਾਡੀ ਜ਼ਾਤ ਤੋਂ ਵੀ ਗਿਰੇ ਹੁੰਦੇ ਨੇ ਉਹ ਸਾਨੂੰ ਪਾਕਿਸਤਾਨ 'ਚ ਮਿਲੇ ਨੇ। 2023 ਦਾ ਤੇ ਮੈਂ ਸਿਰਫ ਜ਼ਿਕਰ ਕਰ ਰਿਹਾ ਵਾਂ ਕਿ 2023 'ਚ ਅਸਾਂ ਕੀ ਪਾਇਆ ਤੇ ਕੀ ਖੋਇਆ। ਇਹਨੂੰ ਇੱਕ ਜਿਹੜਾ ਮੈਂ ਅਗਰ ਮੈਂ 16 ਅਗਸਤ ਦਾ ਯਾਦ ਕਰ ਲਵਾਂ ਤੇ ਉਸ ਤੋਂ ਪਹਿਲਾਂ ਜਿਹੜਾ ਮਿਨੋਰਟੀ ਡੇ ਮਨਾਇਆ ਉਹ ਤਮਾਸ਼ਾ ਸੀ ਸਾਡੇ ਵਾਸਤੇ। ਮਿਨੋਰਟੀ ਡੇ ਜਸਟ ਇੱਕ ਮਿਨੋਰਟੀ ਡੇ ਮਨਾਇਆ ਜਾਂਦਾ ਹੈ ਕਿ ਔਰ ਕਿਤਾਬਾਂ 'ਚ ਲੈ ਦਿੱਤਾ ਜਾਂਦਾ ਹੈ ਕਿ ਅਕਲੀ ਤਾਂ ਪਾਕਿਸਤਾਨ 'ਚ ਮੁਕੱਦਸ ਸਮਾਨਤਾ ਨੇ। ਇੰਜ ਨਹੀਂ ਹੋਣਾ ਚਾਹੀਦਾ ਸਾਡੇ ਨਾਲ। ਮੁਕੱਦਸ ਸਮਾਨਤਾ ਕਿੰਨਾ ਦੀਆਂ ਵਾ ਪਰ ਅੱਜ ਤੱਕ ਸਾਨੂੰ ਦੱਸਿਆ ਨਹੀਂ ਗਿਆ ਕਿ ਅਮਾਨਤ ਕਿੰਨੀ ਜੇ। ਲੇਕਿਨ ਅੱਜ ਅਸੀਂ ਤੇ ਹਮੇਸ਼ਾ ਪਾਕਿਸਤਾਨ ਦੇ ਹਾਮੀ ਹੋਣ ਦਾ ਸਬੂਤ ਵੀ ਦਿੱਤਾ ਹੈ ਔਰ ਇਹ ਸਬੂਤ ਮੈਂ ਆਪਣੇ ਕਈ ਪ੍ਰੋਗਰਾਮਾਂ ਦੇ ਵਿੱਚ ਕਿਹਾ ਕਿ ਅਸਾਂ ਪਾਕਿਸਤਾਨ ਦੀਆਂ ਬੁਨਿਆਦਾਂ ਨੂੰ ਮਜ਼ਬੂਤ ਕੀਤਾ। ਅਸਾਂ ਇਸ ਮੁਲਕ ਨੂੰ ਚੀਫ ਆਫ ਆਰਮੀ ਸਟਾਫ ਵੀ ਦਿੱਤੇ। ਅਸਾਂ ਖਾਸ ਤੌਰ ਤੇ ਬਰੀ, ਬੈਰੀ ਔਰ ਹਵਾਈ ਫੌਜ ਨੂੰ ਅਸੀਂ ਚੀਫ ਦਿੱਤੇ, ਅਸੀਂ ਚੀਫ ਜਸਟਿਸ ਵੀ ਦਿੱਤੇ। ਅਸਾਂ ਪਾਕਿਸਤਾਨ ਨੂੰ ਇਹਦੀਆਂ ਬੁਨਿਆਦਾਂ ਮਜ਼ਬੂਤ ਕਰਨ ਲਈ ਅਸਾਂ ਪਾਕਿਸਤਾਨ ਦੇ ਅੰਦਰ ਹਰ ਉਹ ਕਿਰਦਾਰ ਅਦਾ ਕੀਤਾ ਜਿਵੇਂ ਕਿ ਅਸੀਂ ਪਾਕਿਸਤਾਨ ਨੂੰ ਸਿਹਤ ਦਿੱਤੀ, ਪਾਕਿਸਤਾਨ ਨੂੰ ਐਜੂਕੇਸ਼ਨ ਅਸਾਂ ਦਿੱਤੀ, ਅਸਾਂ ਪਾਕਿਸਤਾਨ ਲਈ ਹਰ ਉਹ ਕਿਰਦਾਰ ਅਦਾ ਕੀਤਾ ਜਿਹਦੇ ਨਾਲ ਪਾਕਿਸਤਾਨ ਮਜ਼ਬੂਤ ਹੋ ਸਕਦਾ ਸੀ। ਲੇਕਿਨ ਪਾਕਿਸਤਾਨ ਨੇ ਸਾਨੂੰ ਕੀ ਦਿੱਤਾ? ਪਾਕਿਸਤਾਨ ਨੇ ਸਾਨੂੰ ਜ਼ਲਾਲਤ ਦਿੱਤੀ, ਪਾਕਿਸਤਾਨ ਦੇ ਅੰਦਰ ਸਾਨੂੰ ਹਰ ਤਰ੍ਹਾਂ ਦੇ ਨਾਲ ਜ਼ਲੀਲ ਕੀਤਾ ਗਿਆ। ਪਾਕਿਸਤਾਨ ਦੇ ਵਿੱਚ ਅਗਰ ਮੈਂ 70 ਦੇ ਦਹਾਈ ਦੇ ਵਿੱਚ ਵੇਖਾਂ ਤੇ ਸਾਡੇ ਤੇ ਜ਼ੁਲਮ ਤੇ ਬਰਬੀਅਤ ਬਣਾਈ ਗਈ। ਕਿਉਂਕਿ 2023 ਦੀ ਜੇ ਮੈਂ ਗੱਲ ਕਰਕੇ ਕਹਿਣਾ ਚਾਹ ਰਿਹਾ ਕਿ ਅਸਾਂ ਕੀ ਪਾਇਆ ਤੇ ਕੀ ਖੋਇਆ। ਕਿਆ ਪਾਕਿਸਤਾਨ ਸਾਨੂੰ 2024 ਕਿਆ ਕੋਈ ਅੱਛਾ ਦਿਨ, ਇੱਕ ਸਾਲ ਨਵਾਂ ਦੇਣ ਲਈ ਸਾਡੇ ਨਾਲ ਅਹਿਦ ਕਰਦਾ? ਮੈਂ ਗੱਲ ਕੀਤੀ ਏ ਕਿ 2023 ਸਾਡੇ ਵਾਸਤੇ ਕੋਈ ਚੰਗਾ ਸਾਲ ਨਹੀਂ ਰਿਹਾ। ਕਿਉਂਕਿ ਤੁਸੀਂ ਜਾਣਦੇ ਹੋ ਇਹ ਜਿਹੜਾ ਸਾਰਿਆ ਅਗਸਤ 16 ਨੂੰ ਹੋਇਆ ਉਹ ਇੱਕ ਬਲੈਕ ਡੇ ਕਾ ਦਿਨ ਬਣ ਗਿਆ ਸਾਡੇ ਵਾਸਤੇ, ਜਿਹੜਾ ਸਾਨੂੰ ਆਉਣ ਵਾਲੀਆਂ ਨਸਲਾਂ ਤੱਕ ਅਸੀਂ ਇਹਨੂੰ ਕਦੀ ਨਹੀਂ ਭੁੱਲਾਂਗੇ।
ਅਸੀਂ ਹਰ ਸਾਲ ਕਾਲਾ ਦਿਨ ਮਨਾਵਾਂਗੇ ਕਿਉਂਕਿ ਇਸ ਸਿਆਹ ਦਿਨ ਦੇ ਵਿੱਚ ਸਾਨੂੰ ਬਹੁਤ ਹੀ ਜ਼ਲੀਲ ਕਰ ਦਿੱਤਾ ਗਿਆ ਸਾਡੀਆਂ ਬੱਚਿਆਂ ਨੂੰ ਮਜਬੂਰ ਕਰ ਦਿੱਤਾ ਗਿਆ ਕਿ ਉਹ ਖੇਤਾਂ ਵਿੱਚ ਜਾ ਕੇ ਪਨਾਹਾਂ ਲੈਣ ਲੋਕਾਂ ਨੇ ਰਿਕਸ਼ਾ ਤੇ ਨਹੀਂ ਬਿਠਾਇਆ ਸਾਡੇ ਲੋਕਾਂ ਨੂੰ ਲੋਕਾਂ ਨੇ ਸਾਡੇ ਲੋਕਾਂ ਨੂੰ ਜ਼ਲੀਲ ਕੀਤਾ ਉਹ ਪਨਾਹਾਂ ਮੰਗਦੇ ਪਏ ਸਨ ਮੇਰੇ ਅਜ਼ੀਜ਼ੋ ਅੱਜ ਇਸ ਪ੍ਰੋਗਰਾਮ ਨੂੰ ਲੈ ਕੇ ਮੈਂ ਪਾਕਿਸਤਾਨ ਦੇ ਅੱਗੇ ਆਇਆ ਵਾਂ ਆਪਣੇ ਤਮਾਮ ਪਾਕਿਸਤਾਨ ਅੱਗੇ ਕਿਆ 2024 ਮੇਰੀ ਮਸੀਹ ਕੌਮ ਲਈ ਕਿਆ ਇਹ ਸਵਾਲ ਛੱਡ ਰਿਹਾ ਵਾਂ ਕਿਆ 2024 ਮਸੀਹ ਕੌਮ ਲਈ ਕਿਆ ਸੁਲਾਹ ਸਲਾਮਤੀ ਤੇ ਕਿਆ ਖੁਸ਼ਹਾਲੀ ਦਾ ਸਾਲ ਬਣ ਪਾਏਗਾ ਕਾਸ਼ ਕਿ ਪੂਰਾ ਮੁਲਕ ਇਸ ਗੱਲ ਦਾ ਅਹਿਦ ਕਰੇ ਕਿ ਅਸੀਂ ਇਸ ਮਸੀਹ ਕੌਮ ਨੂੰ ਜਿਹਨੇ ਸਾਡੇ ਲਈ ਬਹੁਤ ਜ਼ਿਆਦਾ ਕੰਮ ਕੀਤੇ ਸਿਹਤ ਦੇ ਲਈ ਹਸਪਤਾਲ ਬਣਾਏ ਸਕੂਲਾਂ ਤੁਹਾਡੀ ਐਜੂਕੇਸ਼ਨ ਲਈ ਅਸਾਂ ਸਕੂਲ ਤੇ ਕਾਲਜਿਸ ਬਣਾਏ ਕਿਆ ਇਹ ਅਹਿਸਾਨ ਜਿਹੜੇ ਅਸਾਂ ਤੁਹਾਡੇ ਤੇ ਕੀਤੇ ਨੇ ਅਸਾਂ ਕੀਤੇ ਨੇ ਤੁਹਾਡੇ ਤੇ ਕਿ ਤੁਹਾਨੂੰ ਚੀਫ ਆਫ ਆਰਮੀ ਸਟਾਫ ਦਿੱਤੇ ਚੀਫ ਏਅਰ ਮਾਰਸ਼ਲ ਦਿੱਤੇ ਅਸਾਂ ਬਹਿਰੀ ਬਰੀ ਔਰ ਹਵਾਈ ਫੌਜ ਲਈ ਤੁਹਾਨੂੰ ਚੀਫ ਦਿੱਤੇ ਕਿਆ ਤੁਸੀਂ ਇਹਦੇ ਬਦਲੇ ਕਿਆ ਤੁਸੀਂ ਪਾਕਿਸਤਾਨ ਚ ਮਸੀਹ ਕੌਮ ਨੂੰ 2024 ਕਿਆ ਖੁਸ਼ਹਾਲੀ ਬਹਾਲੀ ਅਮਨ ਤੇ ਸਲਾਮਤੀ ਦਾ ਸਾਲ ਬਣਾ ਕੇ ਦੇਵੋਗੇ ਪਾਕਿਸਤਾਨ ਜ਼ਿੰਦਾਬਾਦ